ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਸਾਗਰ ਪਾਰ ਕਰੇ ਇਹ ਰਾਮ ਦੀਵਾਣੀ ਭਵ ਸਾਗਰ ਪਾਰ ਕਰੇ ਇਹ ਰਾਮ ਦੀਵਾਣੀ ਜੇ ਰਾਮ ਨਾ ਜਪਿਆ ਤੂੰ ਕਿਵੇਂ ਤਰੇਗਾ ਪੁਰਾਣੀ ਜੇ ਰਾਮ ਨਾ ਜਪਿਆ ਤੂੰ ਕਿਵੇਂ ਤਰੇਗਾ ਪੁਰਾਣੀ ਜੇ ਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਜਾਮ ਜੇ ਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਚਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਭਲਾ ਕਰੀ ਸਭ ਦਾ ਇਹ ਰਾਮ ਦਾ ਕਹਿਣਾ ਭਲਾ ਕਰੀ ਸਭ ਦਾ ਇਹ ਰਾਮ ਦਾ ਕਹਿਣਾ ਧਰਮ ਦਇਆ ਕਰਨੀ ਨੀਵੇਂ ਕਰਨੀ ਨੀਵੇਂ ਹੋ ਕੇ ਰਹਿਣਾ ਹਰ ਜਗ੍ਹਾ ਵਿੱਚ ਰਾਮ ਜਪ ਲੈ ਸੁਭਾ ਸ਼ਾਮ ਹਰ ਜਗ੍ਹਾ ਵਿੱਚ ਰਾਮ ਤੂੰ ਜਪ ਲੈ ਸੁਭਾ ਸ਼ਾਮ ਸਭ ਨੂੰ ਪਿਆਰ ਕਰੀ
ਨਾ ਕਿਸੇ ਨੂੰ ਸਤਾਵੀ। ਸਭ ਨੂੰ ਪਿਆਰ ਕਰੀ ਨਾ ਕਿਸੇ ਨੂੰ ਸਤਾਵੀ, ਤੇਰੇ ਦਰ ਤੇ ਜੋ ਆਵੇ ਖੈਰ ਸਭ ਨੂੰ ਤੂੰ ਪਾਵੀ। ਤੇਰੇ ਦਰ ਤੇ ਜੋ ਆਵੇ ਖੈਰ ਸਭ ਨੂੰ ਤੂੰ ਪਾਵੀ, ਜਾਈ ਹਰੀ ਦੇ ਧਾਮ ਤੇਰੇ ਪੂਰੇ ਹੋਣਗੇ ਕਾਮ, ਜਾਈ ਹਰੀ ਦੇ ਧਾਮ ਤੇਰੇ ਪੂਰੇ ਹੋਣਗੇ ਕਾਮ। ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ ਰਾਮ ਨਾਮ, ਰਾਮ ਰਾਮ ਤੂੰ ਬੋਲ ਬੰਦਿਆ, ਰਾਮ ਨਾਮ ਰਾਮ ਨਾਮ, ਸੱਚ ਬਣ ਲੈ ਛੱਡ ਕੂੜ ਦਾ ਪਸਾਰਾ, ਪੱਲੇ ਸੱਚ ਬਣ ਲੈ ਛੱਡ ਕੂੜ ਦਾ ਪਸਾਰਾ, ਮਿੱਟੀ ਵਿੱਚ ਰੁਲਣਾ ਸਰੀਰ ਤੇਰਾ ਸਾਰਾ, ਮਿੱਟੀ ਵਿੱਚ ਰੁਲਣਾ ਇਹ ਸਰੀਰ ਤੇਰਾ ਸਾਰਾ, ਝੂਠੇ ਹੈ ਸਭ ਕਾਮ ਜਪ ਲੈ ਹਰੀ ਦਾ ਨਾਮ, ਸਭ ਕਾਮ ਜਪ ਲੈ ਹਰੀ ਦਾ ਨਾਮ। ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ ਰਾਮ ਨਾਮ, ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ ਰਾਮ ਨਾਮ, ਇਸ ਸੰਸਾਰ ਦੇ ਉੱਪਰ ਇਸ ਦੁਨੀਆਂ ਦੇ ਉੱਪਰ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਇਸ ਸੰਸਾਰ 'ਤੇ ਆਏ ਨੇ, ਸਾਰਿਆਂ ਨੇ ਹਰ ਇੱਕ ਪ੍ਰਾਣੀ ਨੂੰ ਹਰ ਇੱਕ ਮਨੁੱਖ ਨੂੰ ਇਹੋ ਹੀ ਉਪਦੇਸ਼ ਦਿੱਤਾ ਕਿ ਹੇ ਪ੍ਰਾਣੀ, ਜੇ ਤੂੰ ਆਪਣਾ ਇਸ ਸੰਸਾਰ 'ਤੇ ਆਇਆ ਹੋਇਆ ਸਫਲ ਕਰਨਾ ਚਾਹੁੰਦਾ ਹੈ ਨਾ, ਤੂੰ ਇਸ ਸੰਸਾਰ ਵਿੱਚੋਂ ਜਸ ਖੱਟਣਾ ਚਾਹੁੰਦਾ, ਤਾਂ ਉਹਨਾਂ ਮਹਾਤਮਾ ਨੇ ਆਖਿਆ
ਕਿ ਤੂੰ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ, ਉਸ ਰਾਮ ਦੇ ਨਾਮ ਨੂੰ ਜਪ ਲੈ। ਸਾਧੂ ਜਨਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਸੰਸਾਰ ਤੇ ਵਿੱਚ ਜਦੋਂ ਬੰਦਾ ਆਉਂਦਾ ਤਾਂ ਉਹ ਪਰਮਾਤਮਾ ਹਰ ਇੱਕ ਪ੍ਰਾਣੀ ਦੇ ਵਿੱਚ, ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਆਪਣੀ ਜੋਤ ਦੇ ਕੇ ਭੇਜਦਾ। ਹਰ ਇੱਕ ਮਨੁੱਖ ਦੇ ਅੰਦਰ ਉਸ ਪ੍ਰਭੂ ਦੀ ਜੋਤ ਹੈ। ਤੇ ਸਾਧੂ ਜਨਾਂ ਨੇ ਆਖਿਆ ਕਿ ਪ੍ਰਾਣੀ, ਤੂੰ ਆਪਣਾ ਜੀਵਨ ਸਫਲ ਬਣਾਉਣਾ ਤਾਂ ਉਸ ਰਾਮ ਦੇ ਨਾਮ ਨੂੰ ਜਪ ਲੈ, ਹਿਰਦੇ ਵਿੱਚ ਵਸਾ ਲੈ। ਉਹ ਰਾਮ ਦਾ ਨਾਮ, ਉਸ ਪ੍ਰਭੂ ਦਾ ਨਾਮ ਤੇਰੇ ਹਿਰਦੇ ਵਿੱਚ ਵੱਸਦਾ। ਐਸਾ ਵਾਕਿਆ ਆਉਂਦਾ ਤ੍ਰੇਤਾ ਯੁੱਗ ਦੇ ਅਵਤਾਰ 16 ਕਲਾਂ ਸੰਪੂਰਨ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਮੇਂ, ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਭਭੀਸ਼ਣ ਨੂੰ ਰਾਜ ਗੱਦੀ 'ਤੇ ਬਿਠਾਇਆ ਹੈ, ਉਸ ਨੂੰ ਰਾਜ ਸੌਂਪ ਦਿੱਤਾ ਹੈ ਭਭੀਸ਼ਣ ਨੂੰ, ਤਾਂ ਭਭੀਸ਼ਣ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਇੱਕ ਬਹੁਤ ਕੀਮਤੀ ਮੋਤੀਆਂ ਦਾ, ਸੁੱਚੇ ਮੋਤੀਆਂ ਦਾ ਹਾਰ ਭੇਟ ਕੀਤਾ। ਭਗਵਾਨ ਰਾਮ ਚੰਦਰ ਜੀ ਨੇ ਉਹੀ ਉਹ ਹਾਰ ਮਾਤਾ ਸੀਤਾ ਜੀ ਦੇ ਗਲ ਵਿੱਚ ਪਾ ਦਿੱਤਾ। ਇੱਕ ਦਿਨ ਐਸਾ ਹੋਇਆ ਕਿ ਵੀਰ ਹਨੂੰਮਾਨ ਮਾਤਾ ਸੀਤਾ ਜੀ ਦੇ ਪਾਸ ਆਏ, ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਮਾਤਾ ਸੀਤਾ ਜੀ ਨੇ ਆਪਣੀ ਮਾਂਗ ਦੇ ਵਿੱਚ ਸੰਧੂਰ ਭਰਿਆ ਹੋਇਆ ਸੀ। ਅਤੇ ਹਨੂੰਮਾਨ ਕਹਿੰਦਾ, ਹੇ ਮਾਤਾ, ਇਹ ਤੂੰ ਆਪਣੇ ਸਿਰ ਵਿੱਚ ਲਾਲ ਰੰਗ ਕੀ ਲਗਾਇਆ? ਅਤੇ ਮਾਤਾ ਸੀਤਾ ਕਹਿੰਦੀ, ਵੀਰ ਹਨੂੰਮਾਨ, ਇਹ ਸੰਧੂਰ ਹੈ, ਇਹ ਪਤੀਵਰਤਾ ਦੀ ਨਿਸ਼ਾਨੀ ਹੈ, ਅਤੇ ਜੇ ਮੈਂ ਇਹ ਲਾਉਣੀ ਹੈ ਨਾ ਤਾਂ ਭਗਵਾਨ ਰਾਮ ਚੰਦਰ ਬਹੁਤ ਖੁਸ਼ ਹੁੰਦੇ ਨੇ, ਬਹੁਤ ਪ੍ਰਸੰਨ ਹੁੰਦੇ ਨੇ। ਅਤੇ ਵੀਰ ਹਨੂੰਮਾਨ ਬਾਹਰ ਗਏ, ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਏ ਅਤੇ ਫਿਰ ਮਾਤਾ ਸੀਤਾ ਜੀ ਦੇ ਪਾਸ ਆ ਗਏ। ਮਾਤਾ ਸੀਤਾ ਜੀ ਨੇ ਆਖਿਆ ਕਿ ਵੀਰ ਹਨੂੰਮਾਨ, ਇਹ ਤੂੰ ਕੀ ਕੀਤਾ? ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਏ। ਤਾਂ ਹਨੂੰਮਾਨ ਜੀ ਕਹਿੰਦੇ, ਮਾਤਾ ਜੀ, ਜੇ ਤੁਹਾਡੇ ਸਿਰਫ ਥੋੜ੍ਹੀ ਜਿਹੀ ਜਗ੍ਹਾ ਵਿੱਚ, ਸਿਰ ਦੇ ਵਿੱਚ ਲਾਉਣ ਨਾਲ ਸੰਧੂਰ ਭਗਵਾਨ ਰਾਮ ਚੰਦਰ ਖੁਸ਼ ਹੁੰਦੇ ਨੇ ਨਾ, ਤਾਂ ਮੈਂ ਆਪਣੇ ਸਾਰੇ ਸਰੀਰ ਉੱਪਰ ਸੰਧੂਰ ਮਲ ਲਿਆ ਅਤੇ ਹੁਣ ਭਗਵਾਨ ਰਾਮ ਚੰਦਰ ਬਹੁਤ ਜ਼ਿਆਦਾ ਖੁਸ਼ ਹੋਣਗੇ, ਮੇਰੇ ਉੱਤੇ ਵੀ ਬਹੁਤ ਜ਼ਿਆਦਾ ਪ੍ਰਸੰਨ ਹੋਣਗੇ, ਮੈਂ ਵੀ ਉਹਨਾਂ ਦੀ ਖੁਸ਼ੀ, ਉਹਨਾਂ ਦੀ ਪ੍ਰਸੰਨਤਾ ਹਾਸਲ ਕਰਨਾ ਚਾਹੁੰਦਾ। ਅਤੇ ਮਾਤਾ ਸੀਤਾ ਜੀ ਇੰਨੇ ਪ੍ਰਸੰਨ ਹੋਏ, ਇੰਨੇ ਖੁਸ਼ ਹੋਏ, ਉਹ ਜਿਹੜੀ ਸੁੱਚੇ ਮੋਤੀਆਂ ਦੀ ਮਾਲਾ ਸੀ ਨਾ, ਆਪਣੇ ਗਲੇ ਵਿੱਚੋਂ ਉਤਾਰੀ ਅਤੇ ਵੀਰ ਹਨੂੰਮਾਨ ਨੂੰ ਦੇ ਦਿੱਤੀ। ਵੀਰ ਹਨੂੰਮਾਨ ਨੇ ਮਾਲਾ ਲਈ ਅਤੇ ਉਹ ਹਰ ਇੱਕ ਮੋਤੀ ਨੂੰ ਆਪਣੀ ਜਾੜ ਹੇਠ ਦਬਾ ਰਹੇ ਹੈ, ਤੋੜ ਤੋੜ ਕੇ ਵੇਖ ਰਹੇ ਹੈ। ਜਦੋਂ ਇਸ ਤਰ੍ਹਾਂ ਕਰਨ ਲੱਗਿਆ ਨਾ ਵੀਰ ਹਨੂੰਮਾਨ, ਮਾਤਾ ਸੀਤਾ ਜੀ ਨੇ ਪੁੱਛਿਆ
ਕਿ ਵੀਰ ਹਨੂੰਮਾਨ ਇਹ ਤੂੰ ਕੀ ਕਰ ਰਹੇ ਹੈ? ਇੰਨੀ ਕੀਮਤੀ ਇਹ ਸੁੱਚੇ ਮੋਤੀਆਂ ਦੀ ਮਾਲਾ ਹੈ ਅਤੇ ਤੂੰ ਇਹਨੂੰ ਤੋੜ ਰਹੇ ਹੈ, ਤੂੰ ਇਹਨੂੰ ਖਤਮ ਕਰ ਰਹੇ ਹੈ। ਅਤੇ ਵੀਰ ਹਨੂੰਮਾਨ ਕਹਿੰਦਾ, ਮਾਤਾ ਮੈਂ ਵੇਖ ਰਿਹਾ, ਹਰ ਇੱਕ ਮੋਤੀ ਨੂੰ ਭੰਨ ਕੇ ਮੈਂ ਵੇਖ ਰਿਹਾ ਕਿ ਕਿਸੇ ਮੋਤੀ ਵਿੱਚ ਮੇਰੇ ਰਾਮ ਦਾ ਨਾਮ ਵੀ ਹੈ, ਮੇਰੇ ਉਸ ਪ੍ਰਭੂ ਦਾ ਨਾਮ ਵੀ ਹੈ, ਮੈਂ ਵੇਖ ਰਿਹਾ। ਅਤੇ ਮਾਤਾ ਸੀਤਾ ਜੀ ਨੇ ਆਖਿਆ ਕਿ ਹੇ ਹਨੂੰਮਾਨ, ਇਹ ਤਾਂ ਪੱਥਰ ਹੈ, ਸੁੱਚੇ ਮੋਤੀਆਂ ਦੇ ਪੱਥਰ ਨੇ, ਠੀਕ ਹੈ ਇਹ ਕੀਮਤੀ ਹੈ, ਪਰ ਇਹਨਾਂ ਵਿੱਚ ਰਾਮ ਦਾ ਨਾਮ ਕਿਸ ਤਰ੍ਹਾਂ ਹੋ ਸਕਦਾ? ਅਤੇ ਵੀਰ ਹਨੂੰਮਾਨ ਕਹਿੰਦਾ, ਨਹੀਂ ਮਾਤਾ ਜੀ, ਇਹਨਾਂ ਵਿੱਚ ਰਾਮ ਦਾ ਨਾਮ ਹੋਣਾ ਚਾਹੀਦਾ। ਉਹ ਰਾਮ ਦਾ ਨਾਮ ਹਰ ਇੱਕ ਜਗ੍ਹਾ, ਹਰ ਇੱਕ ਦੇ ਹਿਰਦੇ ਵਿੱਚ ਹੈ। ਅਤੇ ਮਾਤਾ ਸੀਤਾ ਜੀ ਨੇ ਆਖਿਆ ਕਿ ਕੀ ਤੇਰੇ ਹਿਰਦੇ ਵਿੱਚ ਹੈ, ਤੇਰੇ ਰੋਮ ਵਿੱਚ ਰਾਮ ਰਾਮ ਹੈ? ਕਹਿੰਦਾ, ਹਾਂ। ਮਾਤਾ ਜੀ ਨੇ ਆਖਿਆ ਕਿ ਜੇ ਤੇਰੇ ਹਿਰਦੇ ਵਿੱਚ ਰਾਮ ਵੱਸਦਾ ਹੈ ਨਾ, ਤਾਂ ਦਿਖਾ। ਤਾਂ ਵੀਰ ਹਨੂੰਮਾਨ ਨੇ ਆਪਣੀ ਛਾਤੀ ਦੀ ਉੱਪਰਲੀ ਚਮੜੀ ਨੂੰ ਦੋਨਾਂ ਹੱਥਾਂ ਨਾਲ ਫੜਿਆ ਅਤੇ ਐਂ ਉਧੇੜ ਦਿੱਤਾ। ਜਦੋਂ ਉਧੇੜਿਆ ਨਾ, ਤਾਂ ਗੁਰਮੁਖੋ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਦੀ ਫੋਟੋ ਉੱਕਰੀ ਹੋਈ ਸੀ। ਮਾਤਾ ਸੀਤਾ ਜੀ ਬਹੁਤ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ। ਉਹਨਾਂ ਨੇ ਆਖਿਆ ਸੀ ਕਿ ਹੇ ਵੀਰ ਹਨੂੰਮਾਨ, ਤੂੰ ਧੰਨ ਹੈ, ਵਾਕਿਆ ਹੀ ਤੇਰੇ ਰੋਮ ਰੋਮ ਵਿੱਚ, ਤੇਰੇ ਹਿਰਦੇ ਵਿੱਚ ਉਹ ਪ੍ਰਭੂ, ਉਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਬੈਠੇ ਨੇ। ਸਾਧੂ ਜਨਾਂ ਨੇ ਵੀ ਇਹੀ ਆਖਿਆ ਕਿ ਹੇ ਪ੍ਰਾਣੀ, ਉਹ ਪ੍ਰਭੂ, ਉਹ ਰਾਮ ਤੇਰੇ ਹਿਰਦੇ ਵਿੱਚ ਹੈ, ਜੇ ਤੂੰ ਉਹਨੂੰ ਪ੍ਰਾਪਤ ਕਰਨਾ ਹੈ ਨਾ, ਉਸ ਰਾਮ ਦੇ ਨਾਮ ਨੂੰ ਜਪ ਲੈ, ਤਾਂ ਕਿ ਤੇਰਾ ਇਸ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ, ਰਾਮ ਨਾਮ, ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ, ਰਾਮ ਨਾਮ, ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ, ਰਾਮ ਨਾਮ, ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ, ਰਾਮ ਨਾਮ। ਭਵ ਸਾਗਰ ਪਾਰ ਕਰੇ ਇਹ ਰਾਮ ਦੀਵਾਣੀ, ਭਵ ਸਾਗਰ ਪਾਰ ਕਰੇ ਇਹ ਰਾਮ ਦੀਵਾਣੀ, ਜੇ ਰਾਮ ਨਾ ਜਪਿਆ ਤੂੰ ਕਿਵੇਂ ਤਰੇਗਾ ਪੁਰਾਣੀ, ਰਾਮ ਨਾ ਜਪਿਆ ਤੂੰ ਕਿਵੇਂ ਤਰੇਗਾ ਪੁਰਾਣੀ, ਜੇ ਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਚਾਮ, ਜੇ ਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਚਾਮ, ਰਾਮ ਨਾਮ ਤੂੰ ਬੋਲ ਬੰਦਿਆ, ਰਾਮ ਨਾਮ, ਰਾਮ
ਬੰਦਿਆ ਨਾਮ ਨਾਮ ਰਾਮ ਨਾਮ 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 ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਸਭ ਨੂੰ ਪਿਆਰ ਕਰੀ ਨਾ ਕਿਸੇ ਨੂੰ ਸਤਾਵੀ ਤੇਰੇ ਦਰ ਤੇ ਜੋ ਆਵੇ ਪੈਰ ਸਭ ਨੂੰ ਤੂੰ ਪਾਵੀ ਤੇਰੇ ਦਰ ਤੇ ਜੋ ਆਵੇ ਪੈਰ ਸਭ ਨੂੰ ਤੂੰ ਪਾਵੀ ਜਾਈ ਹਰੀ ਦੇ ਧਾਮ ਤੇਰੇ ਪੂਰੇ ਹੋਣਗੇ ਕਾਮ ਜਾਈ ਹਰੀ ਦੇ ਧਾਮ ਤੇਰੇ ਪੂਰੇ ਹੋਣਗੇ ਕਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਪੱਲੇ ਸੱਚ ਬਨ ਲੈ ਛੱਡ ਕੂੜ ਦਾ ਪਸਾਰਾ ਮਿੱਟੀ ਵਿੱਚ ਰੁਲਣਾ ਇਹ ਸਰੀਰ ਤੇਰਾ ਸਾਰਾ ਮਿੱਟੀ ਵਿੱਚ ਰੁਲਣਾ ਇਹ ਸਰੀਰ ਤੇਰਾ ਸਾਰਾ ਝੂਠੇ ਹੈ ਸਭ ਕਾਮ ਜਪ ਲੈ ਹਰੀ ਦਾ ਨਾਮ ਝੂਠੇ ਹੈ ਸਭ ਕਾਮ ਜਪ ਲੈ ਹਰੀ ਦਾ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਜਿਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਜਾਮ ਜਿਨਾ ਜਪਿਆ ਰਾਮ ਤੇਰਾ ਕਿਸ ਕੰਮ ਆਉਣਾ ਜਾਮ ਰਾਮ ਨਾਮ ਤੂੰ ਬੋਲ
ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ ਰਾਮ ਨਾਮ ਰਾਮ ਨਾਮ ਤੂੰ ਬੋਲ ਬੰਦਿਆ ਰਾਮ ਨਾਮ।